ਮੈਂ ਤੁਹਾਨੂੰ ਮਿਲਵਾਣਾ ਹੈ ਤਾਕੜ ਪਿਓਤੀ ਦੀ ਜੋੜੀ ਯਾਨੀ ਕਿ ਮਹਾਵੀਰ ਸਿੰਘ ਫੋਗਾਟ ਤੇ ਬਬੀਤਾ ਫੋਗਾਟ ਦੇ ਨਾਲ ਮੁਲਾਕਾਤ ਤੇ ਮੈਂ ਤੁਹਾਡੀ ਕਰਵਾਉਣੀ ਆ ਲੇਕਿਨ ਅਸੀਂ ਇਸ ਤੋਂ ਪਹਿਲਾਂ ਉਹਨਾਂ ਨੂੰ ਦੰਗਲ ਦੇ ਵਿੱਚ ਦੇਖਿਆ ਹੈ ਰੀਅਲ ਲਾਈਫ ਦੇ ਵਿੱਚ ਅੱਜ ਰੀਅਲ ਲਾਈਫ ਦੇ ਵਿੱਚ ਜਾਣਦੇ ਆ ਬਬੀਤਾ ਫੋਗਾਟ ਦੇ ਕੋਲੋਂ ਕਿ ਸੱਚੀ ਬਾਪੂ ਹਾਨੀਕਾਰਕ ਹੈ ਆਓ ਜੀ ਫਿਰ ਕਰਦੇ ਹਾਂ ਇੱਕ ਖਾਸ ਗੱਲਬਾਤ ਢਾਈ ਘੰਟੇ ਅਸੀਂ ਸਿਨੇਮਾ ਹਾਲ ਦੇ ਵਿੱਚ ਜਾ ਕੇ ਮਹਾਵੀਰ ਸਿੰਘ ਫੋਗਾਟ ਦਾ ਜਿਹੜਾ ਕੈਰੈਕਟਰ ਸੀ ਉਹਨੂੰ ਵੱਡੇ ਪਰਦੇ ਤੇ ਦੇਖ ਚੁੱਕੇ ਆ ਫਿਰ ਆਟੋਬਾਇਓਗ੍ਰਾਫੀ ਦਾ ਕੀ ਕਾਰਨ ਹੈ ਸਰ ਕਮਰੇ ਕੇ ਅੰਦਰ ਲੈ ਕੇ ਜਾਤੇ ਥੇ ਡੰਡ ਮਰਵਾਨੇ ਲੱਗ ਜਾਤੇ ਥੇ ਕਿ ਜੇ ਫਿਲਮ ਦੰਗਲ ਨਾ ਬਣਦੀ ਜੇ ਨਾ ਕਿਸੇ ਦੇ ਦਿਮਾਗ 'ਚ ਆਈਡੀਆ ਆਉਂਦਾ ਸ਼ਾਇਦ ਇਹ ਸਭ ਕੁਝ ਨਹੀਂ ਹੁੰਦਾ ਫਿਲਮੀ ਪਰਦਿਆਂ ਦੇ ਅਸੀਂ ਜਿਹੜੇ ਹੀਰੋਜ਼ ਨੂੰ ਦੇਖਦੇ ਹਾਂ ਅਸੀਂ ਉਹਨਾਂ ਤੋਂ ਬਹੁਤ ਇੰਸਪਾਇਰ ਹੁੰਦੇ ਹਾਂ ਬਹੁਤ ਕੁਝ ਸਿੱਖਦੇ ਹਾਂ ਲੇਕਿਨ ਰੀਅਲ ਲਾਈਫ ਹੀਰੋਜ਼ ਜਿਹੜੇ ਹੁੰਦੇ ਨੇ ਨਾ ਉਹਨਾਂ ਤੋਂ ਅੱਜ ਕੱਲ੍ਹ ਫਿਲਮੀ ਹੀਰੋਜ਼ ਵੀ ਇੰਸਪਾਇਰ ਹੋਣ ਲੱਗ ਗਏ ਨੇ ਉਹਨਾਂ ਦੀ ਡੈਡੀਕੇਸ਼ਨ ਤੋਂ ਉਹਨਾਂ ਦੇ ਪੈਸ਼ਨ ਤੋਂ ਅਤੇ ਉਹਨਾਂ ਦੇ ਤਾਕੜਪੁਣੇ ਤੋਂ ਮੈਂ ਗੱਲ ਕਰ ਰਹੀ ਹਾਂ ਜੀ ਮਹਾਵੀਰ ਸਿੰਘ ਫੋਗਾਟ ਅਤੇ ਬਬੀਤਾ ਫੋਗਾਟ ਦੀ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਆਪਕਾ ਪੀਟੀਸੀ ਨਿਊਜ਼ ਕਾ ਥੈਂਕ ਯੂ ਸਰ ਬਬੀਤਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਅੱਜ ਤੁਹਾਨੂੰ ਇੱਥੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਵਿੱਚ ਦੇਖ ਕੇ ਬਹੁਤ ਅੱਛਾ ਲੱਗ ਰਿਹਾ ਆਈ ਜਸਟ ਲਵ ਦੀ ਲੈਂਗੁਏਜ ਵਿੱਚ ਸਪੀਕ ਮੈਂ ਕਦੇ ਦੀ ਸੁਣ ਰਹੀ ਹੈ ਤੁਹਾਡਾ ਜਿਹੜਾ ਡਾਇਲੈਕਟ ਹੈ ਨਾ ਉਹ ਮੈਨੂੰ ਬਹੁਤ ਸੋਹਣਾ ਲੱਗਾ ਹਰਿਆਣਵੀ ਡਾਇਲੈਕਟ ਥੈਂਕ ਯੂ ਸੋ ਮਚ ਔਰ ਮੁਝੇ ਵੀ ਪੰਜਾਬੀ ਸ਼ੌਕ ਬਹੁਤ ਪਸੰਦ ਹੈ ਥੈਂਕ ਯੂ ਸਭ ਤੋਂ ਪਹਿਲਾਂ ਮਹਾਵੀਰ ਸਰ ਢਾਈ ਘੰਟੇ ਅਸੀਂ ਸਿਨੇਮਾ ਹਾਲ ਦੇ ਵਿੱਚ ਜਾ ਕੇ ਮਹਾਵੀਰ ਸਿੰਘ ਫੋਗਾਟ ਦਾ ਜਿਹੜਾ ਕੈਰੈਕਟਰ ਸੀ ਉਹਨੂੰ ਵੱਡੇ ਪਰਦੇ ਤੇ ਦੇਖ ਚੁੱਕੇ ਆ ਫਿਰ ਆਟੋਬਾਇਓਗ੍ਰਾਫੀ ਦਾ ਕੀ ਕਾਰਨ ਹੈ ਸਰ ਇਸ ਬਾਇਓਗ੍ਰਾਫੀ ਬੁੱਕ ਦਾ ਜਿਹੜਾ ਅਖਾੜਾ ਜਿਹਦਾ ਨਾਮ ਹੈ ਇਹ ਕੀ ਕਾਰਨ ਹੈ देखिए जो आपने दो दंगल मूवी देखी होगी और ये सौरभ भाई की जो मेहनत है जो आज ये जो अखाड़ा जो बुक बनाई है तो मैं धन्यवाद करता हूँ और मैं तो ये यही प्रेरणा देता हूँ कि हर एक जो बच्चा उसको किताब को पढ़ करके माँ बाप पढ़ करके मोटिवेट हूँ अपने बच्चों को जो मैंने मेहनत जो काफ़ी कठिनाइयाँ आई फिर भी जो इस मुकाम तक पहुँचा है तो मैं तो यही सभी से करता हूँ इस किताब को पढ़ करके हर एक माँ बाप हर एक बच्चा जो शिक्षा ले ਬਬੀਤਾ ਜੀ ਮੈਂ ਨਾ ਤੁਹਾਡੇ ਫੋਗਾਟ ਸਿਸਟਰ ਦੀ ਅੱਜ ਇੰਟਰਵਿਊ ਦੇਖ ਰਹੀ ਸੀ ਅਤੇ ਮੈਂ ਉਹਦੇ ਵਿੱਚ ਇੱਕ ਗੱਲ ਸੁਣੀ ਸਭ ਤੋਂ ਛੋਟੇ ਫੋਗਾਟ ਸਿਸਟਰ ਇਹ ਕਹਿ ਰਹੇ ਸੀ ਵੀ ਸਾਡੇ ਫਾਦਰ ਨੇ ਕਿਹਾ ਹੋਇਆ ਹੈ ਕਿ ਜਿਹੜੀ ਕੁੜੀ ਸਭ ਤੋਂ ਜ਼ਿਆਦਾ ਗੋਲਡ ਮੈਡਲ ਲੈ ਕੇ ਆਊਗੀ ਉਹ ਮੇਰੀ ਸਭ ਤੋਂ ਜ਼ਿਆਦਾ ਫੇਵਰੇਟ ਕੁੜੀ ਹੋਏਗੀ ਇਜ਼ ਇਟ ਟਰੂ ਬਿਲਕੁਲ ਇਹ ਸੱਚ ਹੈ ਪਾਪਾ ਜੋ ਵੀ ਜ਼ਿਆਦਾ ਮਿਹਨਤ ਅੱਛੀ ਮਿਹਨਤ ਕਰਤਾ ਹੈ ਪਾਪਾ ਉਸਕੋ ਹੀ ਮਤਲਬ ਜ਼ਿਆਦਾ ਲਾਈਕ ਕਰਤੇ ਹੈ ਔਰ ਜੋ ਵੀ ਉਨਕੀ ਦਿਖਾਏ ਦਿਸ਼ਾ ਨਿਰਦੇਸ਼ ਜੋ ਵੀ ਉਹ ਬੋਲਤੇ ਹੈ ਉਨਕੀ ਬਾਤ ਮਾਨਤੇ ਹੈ ਤੋ ਉਨਕੋ ਜ਼ਿਆਦਾ ਪਿਆਰ ਕਰਤੇ ਹੈ ਕੌਣ ਹੈ ਫੇਵਰੇਟ ਤੁਹਾਡਾ ਦੇਖੋ ਅਬ ਤੋ ਜੋ ਨਾ ਇਹ ਗੀਤਾਰੀ ਵੱਡੀ ਹੋ ਗਈ ਸਰ ਜੋ ਸਭ ਸੇ ਛੋਟੀ ਜੋ ਸੰਗੀਤਾ ਆਪ ਤੋ ਵੋ ਫੇਵਰੇਟ ਹੈ ਇਹ ਤਿੰਨ ਸਮਝ ਆ ਮਾਂ ਬਾਪ ਕੇ ਲਈ ਤੋ ਦੇਖੋ ਸਭੀ ਫੇਵਰੇਟ ਹੋਤੇ ਹੈ ਪਰ ਇੱਕ ਇਹ ਹੋਤਾ ਹੈ ਕਿ ਬੱਚਾ ਇੱਕ ਜ਼ਿਆਦਾ ਮਿਹਨਤ ਕਰਤਾ ਹੈ ਤੋ ਉਸਕੋ ਥੋੜਾ ਪੁਸ ਕਰਨੇ ਕੇ ਲਈ ਮਾਂ ਬਾਪ ਤੋ ਸਭੀ ਕੋ ਕਹੇਂਗੇ ਹਾਂ ਮੈਂ ਤੇਰੀ ਕੋਈ ਪਿਆਰ ਕਰਤਾ ਹੂੰ ਕਰਤੇ ਤੋ ਓਬੀਸਲੀ ਸਭੀ ਕੋ ਹੈ ਹਾਂ ਅੱਛਾ ਮੈਂ ਇਹ ਵੀ ਸੁਣ ਰਹੀ ਸੀ ਵੀ ਤੁਹਾਡਾ ਕੋਈ ਚੀਟ ਡੇ ਨਹੀਂ ਹੁੰਦਾ ਭਾਵੇਂ ਤੁਸੀਂ ਕੋਈ ਗੋਲਡ ਮੈਡਲ ਜਿੱਤੋ ਚਾਹੇ ਤੁਸੀਂ ਅੱਜ ਦਾ ਤੁਹਾਡਾ ਵਿਕਟਰੀ ਡੇ ਹੋਏ ਸਭ ਤੋਂ ਸੋਹਣਾ ਦਿਨ ਹੋਏ ਫਿਰ ਵੀ ਤੁਹਾਡੇ ਲਈ ਕੋਈ ਚੀਟ ਡੇ ਨਹੀਂ ਹੁੰਦਾ ਸਹੀ ਹੈ ਹਲੇ ਵੀ ਇਹ ਹਾਨੀਕਾਰਕ ਹੈ ਬਾਪੂ ਬਿਲਕੁਲ ਹਮਾਰੇ ਲਈ ਕੋਈ ਵੀ ਰੈਸਟ ਡੇ ਨਹੀਂ ਹੁੰਦਾ ਥਾ ਹਮ ਬਤਾਤੇ ਹੈ ਕਿ ਹਮਨੇ ਦੇਖੋ ਪਹਿਲੇ ਸਿਰਫ ਔਰ ਸਿਰਫ ਰੈਸਲਿੰਗ ਕੇ ਅੰਦਰ ਅਬ ਤੋ ਫਿਰ ਵੀ ਸੰਡੇ ਕੋ ਰੈਸਟ ਦੇਣੇ ਲੱਗੇ ਪਾਪਾ ਪਹਿਲੇ ਤੋ ਕਭੀ ਰੈਸਟ ਵੀ ਨਹੀਂ ਦੇਤੇ ਥੇ हम तो वेट करते थे कब बारिश हो कब भगवान बरसे और हमारा रेस्ट हो जाए उस दिन भी नहीं छोड़ते थे कमरे के अंदर लेके जाते थे डंड मरवाने लग जाते थे तो कुछ टिप्स जो हम अपना लेते थे जैसे मूवी के अंदर दिखाया अलार्म बंद कर दिया पापा सोते थे पापा का अलार्म जाके बंद कराते थे और जैसे थोड़ी सी बारिश हुई अखाड़ा मिट्टी का होता था तो उसमें और ज़्यादा पानी डाल दिया कि कीचड़ फैल जाए या कि आज बच जाए तो ऐसे बहुत सी टिप्स हम अपनाते थे क्या बात है ਮਹਾਵੀਰ ਸਰ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਤੁਹਾਨੂੰ ਇੱਦਾਂ ਲੱਗਦਾ ਕਿ ਜੇ ਫਿਲਮ ਦੰਗਲ ਨਾ ਬਣਦੀ ਜੇ ਨਾ ਕਿਸੇ ਦੇ ਦਿਮਾਗ 'ਚ ਆਈਡੀਆ ਆਉਂਦਾ ਨਾ ਇਹ ਜਿਹੜੀ ਤੁਹਾਡੀ ਕਹਾਣੀ ਹੈ ਵੱਡੇ ਪਰਦੇ ਤੱਕ ਪਹੁੰਚਦੀ ਤਾਂ ਸ਼ਾਇਦ ਜੋ ਕੁਛ ਅੱਜ ਲਾਈਫ ਦੇ ਵਿੱਚ ਫਿਲਹਾਲ ਇਸ ਮੂਮੈਂਟ ਘੜੀ ਵਿੱਚ ਜਿੰਨਾ ਵੀ ਚਾਹੇ ਫੇਮ ਕਹਿ ਲਓ ਚਾਹੇ ਕਿਸੇ ਵੀ ਪੱਖੋਂ ਨੂੰ ਦੇਖ ਲਓ ਸ਼ਾਇਦ ਇਹ ਸਭ ਕੁਛ ਨਹੀਂ ਹੁੰਦਾ ਨਾ ਬਿਲਕੁਲ ਦੇਖੋ ਪਹਿਲੇ ਤਾਂ ਹਮੇਂ ਜੋ ਕੁਛ ਚੰਦ ਲੋਕ ਜਾਣਤੇ ਥੇ ਹਮੇਂ ਗਾਂਵ ਗਵਾਂਢ ਕੇ ਜਾਣਤੇ ਥੇ ਜਾਂ ਜੋ ਕੁਸ਼ਤੀ ਸੇ ਜੁੜੇ ਥੇ ਜਾਣਤੇ ਥੇ ਲੇਕਿਨ ਜਬ ਸੇ ਦੰਗਲ ਮੂਵੀ ਆਈ ਹੈ तो उसे काफ़ी जो है हमें लोग जानने लगे पहचानने लगे और अब ये दंगल जो अखाड़ा पुस्तक है इसको पढ़ेंगे तो और लोग काफ़ी मोटिवेट होंगे और जो है हमें और ज़्यादा जानने लगेंगे
ਬਬੀਤਾ ਜੀ, ਜਾਂਦੇ ਜਾਂਦੇ ਮੈਂ ਚਾਹੂੰਗੀ ਕਿ ਤੁਸੀਂ ਪੰਜਾਬੀ ਵਿੱਚ ਸਾਡੀ ਆਡੀਅੰਸ ਨੂੰ ਕੋਈ ਮੈਸੇਜ ਦਿਓ, ਕਿਉਂਕਿ ਮੈਂ ਤੁਹਾਡੇ ਡਾਇਲੈਕਟ ਦੀ ਤਾਰੀਫ ਕੀਤੀ, ਅਸੀਂ ਚਾਹੁੰਦੇ ਤੁਸੀਂ ਪੰਜਾਬੀ 'ਚ ਵੀ ਥੋੜ੍ਹਾ ਜਿਹਾ ਡਾਇਲੈਕਟ ਰੱਖਣਾ ਸੀ। ਮੁਝੇ ਲੈਂਗੁਏਜ ਮੈਂ ਤੁਹਾਨੂੰ ਸਿਖਾਨੀ ਹੈ, ਮੁਝੇ ਆਪ ਸਿਖਾਈਏ। ਮੈਂ ਕੁਛ ਬੋਲੂੰਗੀ, ਤੁਸੀਂ ਬਸ ਰਿਪੀਟ ਕਰਨਾ ਹੈ, ਸਿੰਪਲ ਐਜ਼ ਦੈਟ, ਰਾਈਟ? ਸਲੋ ਬੋਲਣਾ ਤਾਂ ਕਿ ਮੈਂ ਰਿਪੀਟ ਕਰ ਪਾਵਾਂ। ਹਾਂ, ਸ਼ੋਰ ਸ਼ੋਰ। ਜਿੰਨੇ ਵੀ ਮੇਰੇ ਦਰਸ਼ਕ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ। ਸੋ ਦੇਖੋ ਜੀ, ਪੰਜਾਬ ਹਰਿਆਣਾ ਦੇ ਵਿੱਚ ਕੋਈ ਜ਼ਿਆਦਾ ਦੂਰੀ ਨਹੀਂ ਹੈ, ਸਾਡੀ ਲੈਂਗੁਏਜ ਬਿਲਕੁਲ। ਹਮਾਰੀ ਫਰੈਂਡ ਵੀ ਹੈ ਪੰਜਾਬ ਸੇ, ਨਵਜੋਤ, ਕਾਫੀ ਅੱਛੀ ਰਹੀ ਹੈ, ਔਰ ਉਨਕੋ ਹਮਨੇ ਹਰਿਆਣਵੀ ਸਿਖਾ ਦੀ, ਬਟ ਹਮ ਥੋੜ੍ਹੀ ਇੱਕ ਦੋ ਸ਼ਬਦ ਹਮ ਸਿੱਖ ਪਾਏ ਹੈ ਪੰਜਾਬੀ ਕੇ। ਕੀ ਹਾਲ ਹੈ, ਤੁਸੀਂ ਕੀ ਹਾਲ ਹੈ? ਕਿੱਥੇ ਨਾ ਪੰਜਾਬੀ ਪਹੁੰਚੇ, ਹੋ ਨਹੀਂ ਸਕਦਾ। ਮੇਰਾ ਹਾਲ ਬਹੁਤ ਚੰਗਾ, ਤੇ ਤੁਹਾਡੇ ਨਾਲ ਇੰਟਰਵਿਊ ਕਰਕੇ ਬਹੁਤ ਚੰਗਾ ਲੱਗਾ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਬਬੀਤਾ ਜੀ, ਥੈਂਕ ਯੂ ਸੋ ਮਚ।